ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਕਿਵੇਂ ਠੀਕ ਹੋ ਸਾਰੇ? ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਦਾ ਸਾਡਾ ਵਲੌਗ ਇੱਕ ਸਪੈਸ਼ਲ ਆ ਜੀ, ਇੱਕ ਪ੍ਰਮੋਸ਼ਨ ਵਲੌਗ ਆ। ਜਦਕਿ ਇਹਦੇ ਪੈਸੇ ਤਾਂ ਆਪਾਂ ਨਹੀਂ ਲਏ ਹੈਗੇ, ਪਰ ਅਸੀਂ ਇਹਨੂੰ ਕਹਿਣਾ ਪ੍ਰਮੋਸ਼ਨ ਹੀ ਆ, ਕਿਉਂਕਿ ਇਹਦੇ ਵਿੱਚ ਆਪਾਂ ਕਿਸੇ ਦੇ ਕੰਮ ਦੀ ਕਲਾ ਦੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਤੁਸੀਂ ਪਸੰਦ ਕਰੋਗੇ। ਸਾਡੇ ਘਰੇ ਸਪੈਸ਼ਲ ਆਏ ਸੀ, ਸਾਡੇ ਹੈ ਤਾਂ ਸਬਸਕ੍ਰਾਈਬਰ ਹੀ ਆ, ਤੇ ਵੀਡੀਓ ਵੇਖਦੇ ਸੀ ਸਾਡੀਆਂ, ਤੇ ਉਹ ਸਾਨੂੰ ਸਪੈਸ਼ਲ ਮਿਲਣ ਆਏ। ਕਹਿੰਦੇ ਕਿ ਇੱਦਾਂ ਇੱਦਾਂ ਅਸੀਂ ਸਾਡਾ ਆਹ ਵਾਲਾ ਕੰਮ ਆ, ਕੱਪੜੇ ਦਾ ਹੈਂਡਮੇਡ ਕਰਦੇ ਆ ਕੰਮ, ਮਤਲਬ ਇੱਕ ਪੇਂਟਿੰਗ ਵੀ ਆ ਉਹਨਾਂ ਦੇ ਕੰਮ ਦੇ ਵਿੱਚ, ਆਰੀ ਦਾ ਕੰਮ ਵੀ ਹੈਗਾ ਆ, ਤੇ ਹੋਰ ਵੀ ਇੱਦਾਂ ਮਤਲਬ ਬਹੁਤ ਸਾਰੇ ਉਹ ਮਿਕਸਅਪ ਆ ਜਿੰਨਾ ਵੀ ਉਹ ਹੈਂਡਵਰਕ ਕਰਦੇ ਆ। ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਆ ਕਿ ਜੋ ਉਹਨਾਂ ਨੇ ਸਾਡੇ ਲਈ ਤਿਆਰ ਕਰਕੇ ਡੈਮੋ ਭੇਜੀਆਂ, ਮਤਲਬ ਤੁਹਾਨੂੰ ਵੀ ਦਿਖਾਉਣ ਵਾਸਤੇ ਕਿ ਤੁਸੀਂ ਜਰੂਰ ਉਹਨੂੰ ਪਸੰਦ ਕਰੋਗੇ ਉਸ ਕੰਮ ਨੂੰ, ਤੇ ਤੁਸੀਂ ਜਰਾ ਕੇ ਜਰੂਰ ਉਹਨਾਂ ਦੇ ਕੋਲ ਤੇ ਆਪਣਾ ਮਤਲਬ ਜੇ ਤੁਹਾਨੂੰ ਸਹੀ ਲੱਗੇਗਾ ਤੇ ਤੁਸੀਂ ਜਰੂਰ ਉਹਨਾਂ ਕੋਲ ਤਿਆਰ ਕਰਾਉਣੇ ਕੱਪੜੇ। ਤੇ ਬਾਕੀ ਉਹ ਲੁਧਿਆਣੇ ਤੋਂ ਆਏ ਸੀ, ਬਹੁਤ ਹੀ ਨਾਈਸ ਪਰਸਨ ਸੀਗੇ, ਤੇ ਉਹਨਾਂ ਨੇ ਸਾਨੂੰ ਆਫਰ ਵੀ ਕੀਤਾ ਸੀ ਪੇਡ ਵਾਸਤੇ ਕਿ ਤੁਸੀਂ ਸਾਡੇ ਕੋਲੋਂ ਪੈਸੇ ਲੈ ਲਓ ਤੇ ਸਾਡੀ ਪ੍ਰਮੋਸ਼ਨ ਕਰ ਦਿਓ। ਬਟ ਅਸੀਂ ਅੱਜ ਤੱਕ ਕਿਸੇ ਕੋਲੋਂ ਮਤਲਬ ਇੱਦਾਂ ਪੈਸੇ ਨਹੀਂ ਲਏ ਕੰਮ ਦੇ, ਜਿਹੜੇ ਆਪਣੇ ਮਤਲਬ ਮਿਹਨਤ ਕਰਦੇ ਹੱਥ ਦੇ ਨਾਲ ਕੰਮ ਕਰਦੇ ਆ, ਜਿਨ੍ਹਾਂ ਦੇ ਵਿੱਚ ਮਿਹਨਤ ਬਹੁਤ ਲੱਗਦੀ ਆ, ਪਰ ਅਸੀਂ ਇੱਦਾਂ ਸਾਨੂੰ ਚੰਗਾ ਨਹੀਂ ਲੱਗਦਾ ਕਿ ਆਪਾਂ, ਚਲੋ ਅਸੀਂ ਇਹੋ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਡੈਮੋ ਭੇਜੋ ਤੇ ਅਸੀਂ ਤੁਹਾਡੇ ਅੱਗੇ ਮਤਲਬ ਮਸ਼ਹੂਰੀ ਕਰ ਦਿੰਨੇ ਆ, ਜੋ ਵੀ ਜਿਹੜੇ ਭੈਣ ਭਰਾ ਦੇਖਦੇ ਉਹਨਾਂ ਨੂੰ ਜ਼ਰੂਰ ਪਸੰਦ ਆਏਗਾ। ਤੇ ਬਾਕੀ ਬਹੁਤ ਬਹੁਤ ਧੰਨਵਾਦ, ਆ ਜੋ ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ, ਉਹਨਾਂ ਦੀ ਹੌਸਲਾ ਅਫਜਾਈ ਕਰਿਓ, ਉਹਨਾਂ ਦੇ ਕੰਮ ਨੂੰ ਲੈ ਕੇ ਉਹਨਾਂ ਦੀ ਹੋਰ ਤਰੱਕੀ ਹੋਏ, ਤਾਂ ਕਿ ਜੋ ਵੀ ਕੋਈ ਭੈਣ ਭਰਾ ਮਿਹਨਤ ਕਰਦਾ ਆ ਉਹਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਉਹਦਾ ਕੰਮ ਅੱਗੇ ਵੱਧਦਾ ਆ। ਤੇ ਅਸੀਂ ਚਾਹੁੰਦੇ ਹਾਂ ਕਿ ਚਲੋ ਉਹਨਾਂ ਨੇ ਆਸ ਰੱਖੀ ਆ ਕਿ ਸਾਡਾ ਕੰਮ ਜਿਹੜਾ ਹੋਰ ਅੱਗੇ ਜਾਏ, ਸਾਡੇ ਕੰਮ ਨੂੰ ਸਾਰੇ ਪਸੰਦ ਕਰਨ, ਤੇ ਤੁਸੀਂ ਦੇਖ ਕੇ ਜ਼ਰੂਰ ਦੱਸਿਓ ਕਿ ਕਿਵੇਂ ਦਾ ਲੱਗਿਆ ਤੁਹਾਨੂੰ ਕੰਮ। ਆ ਜੋ ਆਪਾਂ ਤੁਹਾਨੂੰ ਉਹਨਾਂ ਦਾ ਹੁਣ ਦਿਖਾਉਂਦੇ ਹਾਂ ਡੈਮੋ। ਬੜੇ ਮਾਣ ਮਹਿਸੂਸ ਕਰੂੰਗੀ ਮੇਰੀ ਭਾਬੀ ਜੀ ਦਾ ਉਦਘਾਟਨ ਕਰਨਗੇ, ਉਹਦਾ ਸਲਾਹ ਆ ਗਿਆ ਕਿ ਬੜੀ ਹੋਣਦੀ ਆ ਇਹ ਸਾਨੂੰ ਆਇਆ ਆ ਜੀ ਪਾਰਸਲ। ਮੇਰੀ ਉਂਗਲ ਨਾ ਕੱਟ ਦੇ, ਇੱਕ ਮਿੰਟ ਮੇਹਰ ਉੱਠ ਗਈ, ਕੋਈ ਨੀ ਟਰਾਈ ਕਰਕੇ ਦੱਸਾਂਗੇ ਵੇਅਰ ਕਰਕੇ। ਪ੍ਰੀਤੀ ਦਾ, ਪ੍ਰੀਤੀ ਦਾ ਬਹੁਤ ਸੋਹਣਾ ਕਲਰ ਆ, ਕੰਬੀਨੇਸ਼ਨ ਵੀ ਇਹ ਦੋਨੇ ਸਾਡੇ ਟਿੱਡੂ ਦੇ ਗੁਰਮੇਹਰ ਦੇ। ਇਹ ਪਰ ਹੁਣ ਅਸੀਂ ਹੁਣ ਨੀ ਵਿਖਾਉਣੇ ਹੈਗੇ, ਇਹ ਪਾ ਕੇ ਵਿਖਾਵਾਂਗੇ ਕਿੱਦਾਂ ਦੇ। ਆ ਹੈਗਾ ਅਨਸਟਿਚ ਸੂਟ ਆ, ਇਹ ਮੰਮਾ ਦਾ ਆ, ਤੇ ਆ ਹੈਗਾ ਬਲਜੀਤ ਦੀਦੀ ਦਾ ਸੂਟ, ਇਹ ਵੀ ਅਨਸਟਿਚ ਆ ਕਿਉਂਕਿ ਉਹਨਾਂ ਨੇ ਸਾਡੇ ਸਟਿਚ ਕਰਕੇ ਸਾਡੇ ਉਹ ਪ੍ਰੋਪਰ ਲੈ ਕੇ ਗਏ ਸੀ ਨਾਪ,
ਸਟਿਚ ਕਰਕੇ ਭੇਜਿਆ ਮੰਮੀ ਹੁਣਾਂ ਨੂੰ ਵੈਸੇ ਉਹਨਾਂ ਨੇ ਗਿਫਟ ਦੇ ਤੌਰ ਤੇ ਭੇਜਿਆ ਤੇ ਮੇਹਰ ਦੀ ਇੱਕ ਬੈਡਸ਼ੀਟ ਆ ਮੇਹਰ ਦੀ ਵੀ ਉਹਨਾਂ ਨੇ ਆਪ ਤਿਆਰ ਦੇਖੋ ਕਿੰਨਾ ਸੋਹਣਾ ਆਪੋ ਕਿੰਨਾ ਸੋਹਣਾ ਪੇਂਟ ਕੀਤੀ ਹੱਥ ਦੇ ਸਾਰਾ ਹੈਂਡ ਵਰਕ ਹੀ ਹੈ ਨਾ ਹੈਂਡ ਵਰਕ ਇਹ ਪੇਂਟ ਆ ਆ ਸਾਰੇ ਉੱਤੇ 1 2 3 ਲਿਖਿਆ ਆ ਆ ਐਮਬੋਸ ਆ ਕੀ ਬੋਲਦੇ ਇਨਬੋਸ ਐਮਬੋਸ ਮਤਲਬ ਉੱਭਰ ਹੋਇਆ ਉੱਭਰਿਆ ਹੋਇਆ ਵਾ ਨਾ ਠੀਕ ਠੀਕ ਆ ਹਾਂ ਆ ਤੇ ਉਸ ਪਲੇਨ ਆ ਠੀਕ ਫਰਕ ਆ ਨਾ ਆ ਖੋਲ ਕੇ ਦਿਖਾ ਸਕਦੇ ਆਪਾਂ ਆਪਾਂ ਤੇ ਵੇਅਰ ਕਰਕੇ ਦਿਖਾਉਣੇ ਆ ਫੜੀ ਖੋਲ ਕੇ ਦਿਖਾਈਏ ਬਹੁਤ ਸੋਹਣਾ ਨਾ ਬਾਕੀ ਬਣਿਆ ਇਹ ਵੀ ਇੱਕ ਉਹਨਾਂ ਦੀ ਆਪਣੀ ਹੀ ਕਲਾ ਆ ਸਿੱਧਾ ਕਰ ਛੱਡ ਜਾ ਛੱਡ ਦੇਖੋ ਕਿੰਨੀ ਸਫਾਈ ਆ ਬਾਰਡਰ ਬਣਾਇਆ ਆ ਬਾਜੂ ਆ ਬਾਵਾਂ ਇਹ ਸਾਰਾ ਕੰਮ ਹੱਥ ਦਾ ਨਾ ਹਾਂਜੀ ਵੀਰ ਜੀ ਪੇਂਟ ਚ ਤੇ ਆ ਕੀ ਤੇ ਨਾ ਇਨਬੋਸ ਇਨਬੋਸ ਚ ਬਹੁਤ ਫਰਕ ਆ ਦੇਖੋ ਆ ਉੱਪਰ ਉੱਪਰ ਨੂੰ ਉੱਪਰਿਆ ਉੱਤੇ ਖੁਰਦਰਾ ਦਿਖਦਾ ਨਾ ਹਾਂ ਆ ਨਾਲ ਉਹਨੇ ਵੱਖਰੇ ਵੱਖਰੇ ਆਪਾਂ ਜ਼ਿਆਦਾਤਰ ਬਲੌਕ ਵੀ ਕਹਿ ਦਿੰਦੇ ਆ ਪਰ ਇਹ ਇਨਬੋਸ ਕਰਕੇ ਆ ਕੁਛ ਦੁਪੱਟਾ ਦੇਖੋ ਕਿੰਨਾ ਸੋਹਣਾ ਮੰਮੀ ਜੀ ਹੈਨਾ ਬਹੁਤ ਸੋਹਣਾ ਦੁਪੱਟਾ ਵੀ ਤਿਆਰ ਕੀਤਾ ਹੈ ਤਿਆਰ ਕੀਤਾ ਦੁਪੱਟੇ ਦੇ ਨਾਲ ਹੀ ਸੂਟ ਦਾ ਟੋਰ ਹੁੰਦਾ ਹੈ ਸਾਰਾ ਆ ਲੋ ਮੰਮੀ ਫਿਰ ਤੋਂ ਪਹਿਲਾਂ ਨੰਬਰ ਲੈ ਚੱਲੇ ਜੇ ਮੇਰਾ ਸੀਤਾ ਦੀ ਚੁੰਨੀ ਤੇ ਆ ਸਕਦੀ ਹਾਂਜੀ ਸੋਹਣਾ ਲੱਗਿਆ ਬਹੁਤ ਚਲੋ ਹੁਣ ਅਸੀਂ ਵੀ ਟਰਾਈ ਕਰਕੇ ਆਈਏ ਅਸੀਂ ਵੀ ਟਰਾਈ ਕਰਕੇ ਆਈਏ ਹੁਣ ਯਾਰ ਤੇ ਮੇਰੇ ਵੀ ਟਰਾਈ ਕਰੇਗੀ ਬਲਜੀਤ ਦੀ ਨੇ ਚਿਕਨ ਦਾ ਆ ਤੇ ਦੁਪੱਟੇ ਦਾ ਉਹਨਾਂ ਨੇ ਲਿਆ ਡਿਜ਼ਾਈਨ ਤੇ ਪੇਂਟ ਕੀਤਾ ਹੋਇਆ ਵਾ ਆ ਦੇਖੋ ਪੇਂਟ ਕੀਤਾ ਹੋਇਆ ਉਹਨਾਂ ਦਾ ਕਿੰਨਾ ਸੋਹਣਾ ਕਿੰਨਾ ਸੋਹਣਾ ਹੈ ਨਾ ਲਾਈਨ ਆ ਕੱਪੜਾ ਵੀ ਇਹ ਪੇਂਟ ਆ ਪੇਂਟ ਇਹ ਵੀ ਉਹਨਾਂ ਦੇ ਆਪਣੇ ਹੱਥ ਦੇ ਤੋਂ ਹੀ ਦੋਈ ਜਣੀ ਹੁਣ ਫੋਟੋ ਤੋਂ हेलो सलीव धोन धान कोई फर्क नहीं पैंदा चल जाओ जाओ नाले मानो नू पार के लिया मैं शायद पतली हो जाऊंगी मैं थोड़ा घट दिता मैं मोटी हो गई ਕੋਈ ਫੜਦਾ ਨੀ ਸੀ ਕੇ ਦਿੰਦਾ ਨੀ
जरूर जाके एक बार विजिट करो डिजाइन देखियो बहुत सोहना तैयार कर सारे जन दसो मम्मा सूट कि लगा क्योंकि मम्मा कहते कि ये कलर मेरे से सूट नहीं करना पर मेरे कहने से मम्मा ने ये कलर सी ही लिया कि मम्मा ये कलर नहीं पाते पर मैं क्या कि सोना लगे नहीं बहुत सोना लगे मम्मी बहुत सोना लगे सोना लगता ਤੁਸੀਂ ਦੇਖਿਆ ਹੀ ਹੋਣਾ ਸਾਡੇ ਸੂਟਾਂ ਬਾਰੇ ਕਿ ਬਹੁਤ ਹੀ ਵਧੀਆ ਸਾਨੂੰ ਪਸੰਦ ਆਏ ਆ ਤੇ ਬਹੁਤ ਹੀ ਸੋਹਣੇ ਆ ਹੱਥ ਦੀ ਸਫਾਈ ਬਹੁਤ ਜ਼ਿਆਦਾ ਆ ਮੇਰੀ ਹੈਗੀ ਆ ਪੇਂਟਿੰਗ ਤੇ ਪ੍ਰੀਤੀ ਦੀ ਪੇਂਟਿੰਗ ਆ ਮੰਮੀ ਦੀ ਐਂਬਸ ਆ ਐਂਬਸ ਕਰਕੇ ਆ ਬਾਕੀ ਦੀਦੀ ਹੁਣੀ ਸਾਰੇ ਕੰਮ ਕਰਦੇ ਆ ਆਰੀ ਦੀ ਕਢਾਈ ਵੀ ਕਰਦੇ ਆ ਜਿੱਦਾਂ ਤੇ ਉਹਨਾਂ ਕੋਲ ਫੈਬਰਿਕ ਵੀ ਬਹੁਤ ਵਧੀਆ ਹੁੰਦਾ ਆ ਆਪ ਹੀ ਸਿਲੈਕਟ ਕਰਦੇ ਆ ਤੁਸੀਂ ਕਲਰ ਆਪਣਾ ਚੂਜ਼ ਕਰ ਸਕਦੇ ਹੋ ਫੈਬਰਿਕ ਵੀ ਚੂਜ਼ ਕਰ ਸਕਦੇ ਹੋ ਜਿੱਦਾਂ ਦੀ ਤੁਹਾਨੂੰ ਚਾਹੀਦੀ ਆ ਬਾਕੀ ਸੂਟਾਂ ਤੋਂ ਇਲਾਵਾ ਬੈਡ ਸ਼ੀਟਾਂ ਤੇ ਹੋਰ ਵੀ ਜਿੱਦਾਂ ਪੇਂਟਿੰਗ ਸਾਰਾ ਕੁਛ ਬਹੁਤ ਸੋਹਣਾ ਕਰਦੇ ਆ ਤੇ ਇਹਨਾਂ ਦੀ ਇੰਸਟਾਗ੍ਰਾਮ ਆਈਡੀ ਵੀ ਆ ਹਾਂ AR ਫੈਬਲਸ ਕਰਕੇ ਇਹਨਾਂ ਦੀ ਇੰਸਟਾਗ੍ਰਾਮ ਤੇ ਆਈਡੀ ਆ ਤੇ ਤੁਸੀਂ ਉਹਨੂੰ ਜਰੂਰ ਜਾ ਕੇ ਉੱਥੇ ਚੈੱਕ ਕਰਿਓ ਤੇ ਫੋਲੋ ਜਰੂਰ ਕਰਿਓ ਜਰੂਰ ਉਹਨੂੰ ਮੈਸੇਜ ਕਰਿਓ ਜੇ ਵਧੀਆ ਵਧੀਆ ਤੁਸੀਂ ਵੀ ਇੱਦਾਂ ਦੇ ਸੂਟ ਸਵਾਉਣੇ ਹੋਣ ਤੇ ਹਾਂਜੀ ਇਹਨਾਂ ਦਾ ਹੈਂਡ ਵਰਕ ਬਹੁਤ ਵਧੀਆ ਹੁੰਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਹੈਂਡ ਵਰਕ ਕਰਦੇ ਆ ਜਿਵੇਂ ਦਾ ਤੁਸੀਂ ਚਾਹੋਗੇ ਉਵੇਂ ਦਾ ਹੀ ਸੂਟ ਤਿਆਰ ਕਰਕੇ ਤੁਹਾਨੂੰ ਦੇਣਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣੇ ਲੱਗੇ ਆ ਬਾਕੀ ਇਹਨਾਂ ਦਾ ਐਡਰੈਸ ਹੈਗਾ ਲੁਧਿਆਣੇ ਦਾ ਮੇਨ ਲੁਧਿਆਣਾ ਸ਼ਹਿਰ ਚੋਂ ਸਿਟੀ ਚੋਂ ਆ ਤੇ ਬਾਕੀ ਤੁਹਾਨੂੰ ਅਸੀਂ ਸਾਰਾ ਕੁਛ ਇਹਨਾਂ ਦਾ ਉੱਤੇ ਪਾ ਦਾਂਗੇ ਡਿਸਕ੍ਰਿਪਸ਼ਨ ਵਿੱਚ।